साहब जी के दिशा निर्देशों से असी जी स्पैशल नशे के खिलाफ मुहिम चलाई सी जिदे कल काफ़ी वड्डी साडे कोल रिकवरी हुई है जिदे कल रात नू इनफॉर्मेशन बेस्ड एक साडे कोल ऑपरेशन सी जिदे 25,800 नशीलियां गोलियां रिकवर हुई हैं। सर किहड़ी जगह हुई इस जिहड़ी रिकवरी है समाग ते गुरुसर दे रखाला ते गुरुसर जिहड़ी सड़क थी उत्थे साडे कोल इनफॉर्मेशन सी कि जिहड़ा समाग दा रहिण वाला जिहड़ा परमिंदर सिंह आ वो पहला भी साडे कोल इनफॉर्मेशन काफ़ी सी इहदे कोल पर ट्रैप च कल रात नू आया फिर उत्थे रिकवरी हुई है। सर किन्ने जने सी ਇਹ ਇਕੱਲਾ ਇਕੱਲਾ ਸੀ ਜਾਣਾ ਅਤੇ ਬਾਕੀ ਸਾਡੀ ਅਜੇ ਕੁਸ਼ਚਨਿੰਗ ਇਹਨਾਂ ਚੱਲਦੀ ਪਈ ਹੈ ਜੇ ਪੁੱਛ ਗਿੱਛ ਪਤਾ ਲੱਗੂ ਕਿ ਬਾਕੀ ਇਹ ਕਿੱਥੋਂ ਲੈ ਕੇ ਆਉਂਦਾ ਸੀ ਅਤੇ ਕਿੱਥੇ ਕਿੱਥੇ ਵੇਚਦਾ। ਸਰ ਜੇ ਇਹਦੇ ਸੰਬੰਧੀ ਕੋਈ ਐਫ ਆਈ ਆਰ ਵਗੈਰਾ ਦਰਜ ਹੋਈ ਤਾਂ ਪਲੀਜ਼ ਨੰਬਰ ਅਤੇ ਐਕਟ ਸਾਡੇ ਨਾਲ ਸ਼ੇਅਰ ਜ਼ਰੂਰ ਕਰ ਦਿਓ। ਜੀ ਜੀ ਜਿਹੜੀ ਅੰਡਰ ਸੈਕਸ਼ਨ 22 ਸੀ ਜਿਹੜੀ ਐਫ ਆਈ ਆਰ ਕੋਟਭਾਈ ਥਾਣੇ 'ਚ ਹੋਈ ਹੈ ਅਤੇ ਬਾਕੀ ਜਿਹੜੀ ਪੁੱਛ ਗਿੱਛ ਉਹ ਜਾਰੀ ਹੈ। ਇਸ ਤੋਂ ਇਲਾਵਾ ਵੀ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਸਪੈਸ਼ਲ ਮੁਹਿੰਮ ਚਲਾਈ ਗਈ ਸੀ ਨਸ਼ਿਆਂ ਦੇ ਖਿਲਾਫ਼ ਉਹਦੇ ਵਿੱਚ ਪਿਛਲੇ 4 ਦਿਨਾਂ 'ਚ ਵੀ ਅਸੀਂ ਸ਼੍ਰੀ ਮੁਕਤਸਰ ਸਾਹਿਬ ਨੇ 24 NDPS ਐਕਟ ਦੇ ਮੁਕੱਦਮੇ ਦਰਜ ਕੀਤੇ ਅਤੇ 23 ਜਿਹੜੇ ਮੁਜਰਮ ਨੇ ਉਹ ਗ੍ਰਿਫਤਾਰ ਕੀਤੇ ਨੇ ਜਿਹਦੇ ਵਿੱਚ ਟੋਟਲ ਸਾਡੇ ਕੋਲ 1 ਕਿਲੋ ਅਫੀਮ 20,610 ਗੋਲੀਆਂ ਅਤੇ 21 ਗ੍ਰਾਮ ਹੀਰੋਇਨ ਜਿਹੜੀ ਅਸੀਂ ਰਿਕਵਰ ਕੀਤੀ। ਇਸ ਤੋਂ ਪਹਿਲਾਂ ਵੀ ਇਸ ਦੇ ਕੋਈ ਮਾਮਲੇ ਦਰਜ ਹੈ ਜੀ? ਨਹੀਂ ਹਜੇ ਤੱਕ ਕੋਈ NDPS ਐਕਟ ਦਾ ਇਹਦੇ ਨਹੀਂ ਆਇਆ ਪਰ ਸਾਡੇ ਕੋਲ ਇਨਫੋਰਮੇਸ਼ਨ ਸੀ ਇਹ ਕੰਮ ਕਰਦਾ।